पंजाब नाभा में उस समय सनसनी फैल गई जब अनाज मंडी में मजदूरी का काम करते एक व्यक्ति ने अपने ऊपर तेल डालकर आत्महत्या करने की कोशिश की। हालांकि नजदीक खड़े मजदूरों ने उसे बचा लिया। पीड़ित व्यक्ति की पहचान डीसी नाभा के रूप में हुई। पीड़ित के परिवार में 5 लड़कियां व एक बेटा है और वो पिछले 2 वर्ष से मंडी में एक आड़त की दुकान पर मजदूरी का काम करता था। पिछले कई माह से यह मजदूर अपनी मजदूरी के लिए आड़ती के सामने गिड़गिड़ा रहा था, लेकिन वो उसकी बात सुनने के लिए तैयार नहीं था। आखिर दुखी हुए इस मजदूर ने आड़ती की दुकान के सामने अपने ऊपर तेल डालकर आत्महत्या करने की कोशिश की। साधु शो गई, हाँ जी मेरी मजदूरी दे पैसे गई, सैन पहले ही करा लंदा सी गई साढ़े तो। मैं अपना समान लैन गया सी गई, मेरा समान भी पिया सी, मेरे पैसे जड़े सी गई, कुछ भी नहीं चक्कन देंदा जी। वो कहना मैं तेनों ऐ करा दूंगा, वो करा दूंगा, तू मेरे मेरे खिलाफ़ कुछ भी कार्रवाई करेगा मैं तेनों उल्ट किसी केस च फसा दूंगा। मैं दुखी हो गया जी, मेरे छोटे छोटे बच्चे ने जी, मैं किमें पाला जी अपने बच्चों को, तंग आ गया जी। मैं उदो दुखी हो गया, स्टेप चक्या जी, बस मैं अपने उपर तेल पा लिया जी। उत्थे मंडी च मैनू मजदूरों ने बचाया जी। ਮੰਡੀ ਵਿੱਚ ਗਏ ਹੋਏ ਸੀਗੇ, ਨਾਲ ਹੀ ਗਏ ਸੀ ਮੈਂ ਸਵੇਰੇ। ਪਾਪਾ ਕਹਿੰਦੇ ਉੱਥੇ ਜਾਣਾ ਸੀ ਬਾਜ਼ਾਰ, ਕਹਿੰਦੇ ਉੱਥੇ ਪੈਸੇ ਲੈਣ ਗਏ ਸੀ ਅਸੀਂ। ਉੱਥੇ ਪਾਪਾ ਕਹਿੰਦੇ ਉਹ ਸਮਾਨ ਵੀ ਨਹੀਂ ਦਿੱਤਾ ਸਾਡਾ, ਪੈਸੇ ਵੀ ਉੱਥੇ ਆ ਦੱਬ ਲਏ ਸਾਡੇ। ਪਾਪਾ ਪੈਸੇ ਲੈਣ ਗਏ ਸੀ, ਕਹਿੰਦੇ ਕੁਛ ਨਹੀਂ ਮਿਲਦਾ, ਤੁਸੀਂ ਜਾਓ ਹੁਣ ਇੱਥੋਂ। ਹਾਂਜੀ ਉਹ ਦੂਸਰੇ ਨੂੰ ਲਗਾ ਲਿਆ ਸੀਗਾ। ਪਾਪਾ ਕਹਿੰਦੇ ਅੱਜ ਮੈਂ ਸਮਾਨ ਲੈ ਕੇ ਜਾਊਂਗਾ। ਪਾਪਾ ਕਹਿੰਦੇ ਮੈਨੂੰ 2 ਮਿੰਟ ਇੱਥੇ ਬੈਠ। ਪਾਪਾ ਤੇਲ ਅਤੇ ਤੇਲ ਦੀ ਬੋਤਲ ਅਤੇ ਮਾਸਕ ਜੀ ਲੈ ਕੇ ਆਏ, ਉਹਨਾਂ ਨੇ ਤੇਲ ਉੱਪਰ ਡੋਲ ਲਿਆ, ਇੰਨੇ ਜਣਿਆਂ ਨੇ ਬਚਾਇਆ, ਫਿਰ ਵੀ ਉੱਤੇ ਗੇਰ ਲਿਆ, ਉਹ ਤੋਂ ਹੀ ਲਿੱਟੇ ਪਏ ਨੇਗੇ। ਵਾਰ ਵਾਰ ਤੁਹਾਨੂੰ ਪੇਮੈਂਟ ਲੈ ਗਏ ਪਲੀਜ਼, ਤੁਹਾਨੂੰ ਹੈ ਪੇਮੈਂਟ ਲੈ ਗਏ? ਹਾਂ ਅਸੀਂ ਪੇਮੈਂਟ ਫੁੱਲ ਐਂਡ ਫਾਈਨਲ ਕਰਤੀ, ਸਾਈਨ ਹੋਏ ਪਏ ਨੇ। ਸਾਨੂੰ ਰਾਤ ਦਾ ਗਾਲਾਂ ਕੱਢ ਰਿਹਾ ਉਹ ਦੁਕਾਨ 'ਤੇ ਆ ਕੇ, ਸਵੇਰੇ ਆ ਕੇ 8 ਵਜੇ ਗਾਲਾਂ ਕੱਢੀਆਂ, ਕਹਿੰਦਾ ਮੈਂ ਜਲੂਸ ਥੋੜ੍ਹਾ ਜਲੂਸ ਕੱਢੂੰਗਾ, ਮੈਂ ਆਪਣੇ ਆਪ ਨੂੰ ਅੱਗ ਲਾਊਂਗਾ। ਉਸ ਉਹਨੇ ਕਰ ਲਿਆ ਆਪਣੇ ਆਪ ਤੇਲ ਪਾ ਕੇ। ਅਸੀਂ ਬੈਂਕ 'ਚ ਗਏ ਹੋਏ ਸੀਗੇ, 3000 ਰੁਪਇਆ ਅਸੀਂ ਲੈਣਾ ਉਤੋਂ। ਮੌਕੇ ਪਰ ਪਹੁੰਚੀ ਪੁਲਿਸ ਨੇ ਕਿਹਾ ਕਿ ਅਗਰ ਆਰੋਪ ਸਹੀ ਹੁਆ ਤੋ ਹਮ ਸਖਤ ਕਾਰਵਾਈ ਕਰੇਂਗੇ। ਮਾਰਨੋਂ ਦਾ ਬੰਦਾ ਹੈਗਾ ਨਾਣਾ ਮੰਡੀ ਦੇ ਵਿੱਚ, ਕਹਿ ਰਹੇ ਨੇ ਵੀ ਤੇਲ ਵਗੈਰਾ ਪਾਇਆ, ਪਰ ਅਸੀਂ ਹਲੇ ਉਹਦੇ ਬਿਆਨ ਵਗੈਰਾ ਲੈਣੇ ਨੇ, ਮੌਕੇ 'ਤੇ ਸਟੇਟਮੈਂਟ ਵਗੈਰਾ ਲੈ ਕੇ ਜੋ ਬਣਨ ਦੀ ਕਾਰਵਾਈ ਹੈ ਕੀਤੀ ਜਾਊਗੀ। ਸਰ ਗੁੱਪੀ ਦਾ ਕੀ ਕਸੂਰ ਹੈ ਜਾਂ ਆਪ ਪਾਇਆ ਜਾਂ ਕੀ ਗੱਲ ਹੈ? नाभा से वरिंदर सैनी की रिपोर्ट।